ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਮੈਂ ਪ੍ਰੀਤ ਤੁਹਾਡੇ ਸਾਰਿਆਂ ਦੇ ਨਾਲ ਜੀ। ਰਾਤੀ ਮੈਂ ਸੁੱਤੀ ਪਈ ਸੀ, ਮੇਰਾ ਰਾਤ ਕੇਕ ਕੱਟ ਹੋਇਆ ਹੈ। ਉਹ ਤੋਂ ਬਾਅਦ ਅੱਜ ਹੁਣ ਮੈਂ ਆਈ ਹਾਂ ਮੰਮੀ ਨਾਲ ਬੜੇ ਬਾਗ 'ਚ ਗੁਰਦੁਆਰੇ। ਮੈਂ ਮੱਥਾ ਟੇਕ ਕੇ ਵਲੋਗ ਸਟਾਰਟ ਕਰਨਾ ਭੁੱਲ ਗਈ, ਤਾਂ ਹੁਣੇ ਕੀਤਾ ਹੈ। ਉੱਥੇ ਆਪਾਂ ਟੇਕ ਲਿਆ, ਹੁਣ ਆਪਾਂ ਚਲਦੇ ਘਰ ਨੂੰ। ਦੇਖੋ ਇੱਥੇ ਕਿੰਨੇ ਅੰਬ ਪਏ ਬਾਬਾ ਜੀ ਦੇ ਡੇਰੇ 'ਚ। ਦਿਨ ਦੀ ਸ਼ੁਰੂਆਤ ਕਰੀ ਗੁਰੂ ਘਰ ਤੋਂ। ਹਾਂਜੀ, ਹੁਣ ਆਪਾਂ ਪੈਟਰੋਲ ਪਟਰੋਲ ਪਾ ਕੇ ਹੋ ਗਏ ਵਿਹਲੇ। ਹੁਣ ਅਸੀਂ ਸਾਰਾ ਦਿਨ ਵਿਹਲੇ, ਅੱਜ ਅਸੀਂ ਕੁਛ ਨਹੀਂ ਕਰਨਾ। ਜੇ ਕੋਈ ਆ ਗਿਆ ਤਾਂ ਵੱਡੇ ਮਨਾ ਲੈਣਾ, ਨਹੀਂ ਆਪਾਂ ਵਿਹਲੇ। ਆਪਾਂ ਨੇ ਮਨਾਉਣਾ ਨਹੀਂ, ਯਾਰ ਬੇਲੀਆਂ ਨਾਲ ਮਨਾਉਣਾ ਆਪਾਂ ਐਤਵਾਰ ਨੂੰ ਵੱਡੇ। ਠੀਕ ਹੈ, ਹੈਪੀ ਬਰਥਡੇ ਬੋਲ ਜੱਟ ਨੂੰ। ਹੈਪੀ ਬਰਥਡੇ ਟੂ ਯੂ। ਇਹ ਗੱਲ ਤਾਂ ਛੱਡ, ਕੈ ਟੂ ਯੂ ਟੂ ਯੂ ਟੂ ਯੂ। ਓਕੇ, ਮੇਰਾ ਬੱਚਾ। ਆਪਾਂ ਭਾਪੀ ਨਾਲ ਮੰਮੀ ਨਾਲ ਕੱਟਣ ਲੱਗੇ ਹੁਣ ਕੇਕ, ਕਿਉਂਕਿ ਸ਼ਾਇਦ ਮੇਰੇ ਇੱਕ ਦੋ ਫਰੈਂਡਸ ਨੇ ਆਉਣਾ ਹੈ, ਦੀਦੀ ਨੇ ਆਉਣਾ ਹੈ, ਇੱਕ ਤਾਂ ਇੱਕ ਅੰਮੂ ਕਾਕੇ ਨੇ ਆਉਣਾ ਹੈ। ਇਸ ਕਰਕੇ ਫਿਰ ਆਪਾਂ ਲਿਹੋ ਜਾਵਾਂਗੇ ਲੇਟ ਆਪਣੇ ਘਰ ਦਾ ਕੇਕ ਕੱਟਣ ਲਈ। ਤਾਂ ਪਾਪਾ ਜੀ ਨਾ ਅਜੇ ਇਨਵੋਲਵ ਨਹੀਂ ਹੋਊਂਗੇ, ਕਿਉਂਕਿ ਉਹ ਦਾਦੀ ਕੋਲ ਗਏ ਹੋਏ ਆ, ਕਿਉਂਕਿ ਦਾਦੀ ਐਡਮਿਟ ਹੈ। ਤੁਸੀਂ ਪੁੱਛੋਗੇ ਦਾਦੀ ਕਿਉਂ ਐਡਮਿਟ ਹੈ, ਦਾਦੀ ਦੇ ਘੱਟ ਕੇ ਅਤੇ ਵਾਈਟ ਸੈਲਸ, ਜਿਸ ਕਰਕੇ ਹੁਣ ਵੈਸੇ ਉਹ ਠੀਕ ਹੈ। ਉਹ ਕਹਿੰਦੇ ਇੱਕ ਦੋ ਦਿਨ ਤੱਕ ਛੁੱਟੀ ਕਰੂੰਗੇ, ਕਿਉਂਕਿ ਉਹਨਾਂ ਨੇ ਪ੍ਰੋਪਰ ਠੀਕ ਕਰਕੇ ਛੁੱਟੀ ਕਰਨੀ ਆ ਦਾਦੀ ਨੂੰ। ਤਾਂ ਹੁਣ ਆਪਾਂ ਘਰ ਦੇ ਕੇਕ ਲਿਆਉਂਦੇ ਹਾਂ, ਛੋਟਾ ਜਿਹਾ ਵੈਸੇ ਪਿਆ ਵੀ ਹੈ, ਰਾਤ ਕੱਟਿਆ ਹੋਇਆ। ਤਾਂ ਇੱਕ ਤਰਨ ਦਾ ਥੈਂਕ ਯੂ, ਉਹਨੇ ਇੱਕ ਕੇਕ ਉਹਨੇ ਕਟਾਤਾ, ਅਤੇ ਮੰਮੀ ਪਾਪਾ ਦਾ ਥੈਂਕ ਯੂ, ਇੱਕ ਰਾਤ ਕੇਕ ਕਟਾਤਾ। ਸਪੈਸ਼ਲ ਥੈਂਕਸ ਫੋਰ ਮਾਈ ਬ੍ਰਦਰ। ਐਂਡ ਹੁਣ ਆਪਾਂ ਚੱਲਦੇ ਹਾਂ ਕੁਛ ਖਾਣ ਪੀਣ ਨੂੰ ਲਿਆਉਂਦੇ, ਜਿਹੜੇ ਦੋ ਜਣੇ ਹੈਗੇ ਆ, ਬੜੀ ਮੰਮੀ ਪਾਪੀ ਔਰ ਜਵਾਕ। ਫਰੈਂਡਸ ਦੀ ਪਾਰਟੀ ਆ ਜਿਹੜੀ, ਉਹ ਹੋਊਗੀ ਸੰਡੇ, ਅੱਜ 3 ਤਰੀਕ ਨੂੰ ਸਿਰਫ ਘਰਦਿਆਂ ਦੀ। ਚਲੋ ਜੀ, ਮਿਲਦੇ ਹਾਂ। ਹੁਣ ਆਪਾਂ ਜਾ ਰਹੇ ਹਾਂ ਅਸੀਂ ਘਰ ਵੱਲੋਂ, ਰਾਤ ਕੇ ਕੱਟ ਲਿਆਦਾ ਪਰ ਇੱਕ ਹੋਰ ਲਿਆ ਹੈ, ਕਿਉਂਕਿ ਹੁਣ ਜਿਹੜੇ ਘਰ ਆਉਂਗਾ ਇੱਕ ਦੋ ਜਣਾ, ਉਹਨਾਂ ਨੂੰ ਤਾਂ ਖਵਾਉਣਾ ਹੀ ਹੈ। ਨਿਮਰਤ ਦਾ ਕੀ ਬਣ ਗਿਆ ਪਤਾ ਨਹੀਂ, ਡਬਲਯੂ ਐਮ ਆਰ ਟੀ ਬਣ ਗਿਆ। ਇਹ ਪਲੇ ਘਰ ਲਈ ਕੇਕ, ਆਊਟਫਿਟ ਬਲੈਕ ਸ਼ਰਟ ਬਲੂ ਪੈਂਟ। ਆਪਾਂ ਤਾਂ ਸਿੰਪਲ ਸੋਬਰ ਬੰਦੇ ਬਈ, ਦੇਖੋ ਜੀ ਕੱਪੜੇ ਪਾ ਲਏ, ਰੈਡੀ ਹੈ, ਕੋਈ ਆ ਗਿਆ ਕੇਕ ਕੱਟ ਲੂੰਗੇ, ਨਹੀਂ ਨਾ ਸਹੀ ਯਾਰ। ਐਡਜਸਟਮੈਂਟ ਕਰਨੀ ਬਹੁਤ ਔਖੀ ਹੋ ਜਾਂਦੀ ਆ, ਇਹ ਮੈਂ ਕਿਉਂ ਕਹਿ ਰਹੀ ਹੈ ਦੇਖਣ ਵਾਲਾ ਸਮਝ ਜੂ, ਖਾਸ ਕਰ ਅਮਨੂੰ ਤੁਸੀਂ ਕੇਕ ਕੱਟ ਦੇਣਾ। ਉਹ ਤੋਂ ਬਾਅਦ ਨਿਆਣਿਆਂ ਜੋਗੇ ਪੀਜ਼ੇ ਲਿਆਉਂਦੇ, ਮਨਚੂਰੀਅਨ ਲਿਆਉਂਦੇ, ਨੂਡਲਸ ਲਿਆਉਂਦੇ, ਤੀਵੀਆਂ ਲਈ ਉਹੀ ਸਮੋਸੇ,
ਲੈ ਆਉਂਦੇ ਸਾਰਿਆਂ ਲਈ ਆ ਉਹ ਵੀ ਸਮਾਨ, ਜੋ ਖਾਣਾ ਹੋਊਗਾ ਖਾ ਲੂੰਗਾ, ਕੌਣ ਹੈ, ਬੜੀ ਮੰਮੀ ਹੈ, ਪਾਪੀ ਹੈ, ਮੰਮਾ ਹੈ, ਬਸ ਇਹ ਤਿੰਨ ਜਣੇ ਆ ਕੇਕ ਕੱਟਣ ਵਾਲੇ। ਪਾਪਾ ਔਰ ਅਮਨ ਗਏ ਹੋਏ ਆ ਦਾਦੀ ਕੋਲ, ਉਹ ਆਉਂਗੇ 5 ਜਾਂ 6 ਵਜੇ, ਫਿਰ ਮੇਰੇ ਆਉਣਾ ਫਰੈਂਡਸ ਨੇ, ਫਿਰ ਕਾਚਾ ਮਾਚਾ ਹੋ ਜਾਣਾ ਤਾਂ ਅਤੇ ਫਿਰ ਪਤਾ ਨਹੀਂ ਯਾਰ ਕਿਹੜੇ ਟਾਈਮ ਆਉਣਾ, ਅੰਮੂ ਨੇ ਵੀ ਆਉਣਾ, ਦੀਦੀ ਨੇ ਵੀ ਆਉਣਾ, ਇੱਕੋ ਟਾਈਮ ਆ ਜਾਣਾ, ਮੈਂ ਦੋਨਾਂ ਨੂੰ ਨਹੀਂ ਟਾਈਮ ਦੇ ਪਾਊਂਗੀ।
ਕੇਕ ਕਟਾਤਾ ਕਿਉਂਕਿ ਇਹਨਾਂ ਨੇ ਤਾਂ ਆਉਣਾ ਬਲੌਗ 'ਚ, ਇਸ ਕਰਕੇ ਮੈਂ ਉਹ ਨਹੀਂ ਕਰਿਆ। ਪਹਿਲੀ ਵਾਰ ਨਵੀਂ ਘਰ 'ਚ ਆਇਆ ਅਮਨ, ਇਹਨਾਂ ਨੂੰ ਮੈਂ ਬਲੌਗ 'ਚ ਤਾਂ ਨਹੀਂ ਲੈ ਰਹੀ, ਪਿੱਛੇ ਤੋਂ ਹੀ ਲੈ ਸਕਦੇ ਹਾਂ ਕਿਉਂਕਿ ਇਹਨਾਂ ਦਾ ਫੇਸ ਨਹੀਂ ਦਿਖਾਉਣਾ। ਰੋਟੀ ਪਾਣੀ ਖਾ ਕੇ ਫਰੀ ਹੋਈ। ਅੱਜ ਮੇਰਾ ਬਰਥਡੇ ਤਾਂ ਖਾਤਾ ਤਾਂ ਮੈਂ ਤਾਂ ਕੰਮੇ ਬੋਲ ਕਰਿਆ, ਇਹੋ ਜਿਹਾ ਬਰਥਡੇ ਨਹੀਂ ਹੋਣਾ ਚਾਹੀਦਾ। ਇੰਨੇ ਮੱਛਰ ਤੇਰੇ ਬਸ ਰਾਸਣ ਫਿਰ ਵੀ ਦੇਖ ਲੋ ਮੈਗੀ ਤਾਂ ਸਾਡੇ ਬਣਦੀ, ਇਹ ਪਤਾ ਕਦੋਂ ਬਣਦੀ ਮੈਗੀ? ਜਦੋਂ ਇਹ ਪਧਾਰੇ ਹੁੰਦੇ ਨੇ ਇੱਥੇ ਉਦੋਂ ਇਹ ਸਾਡਾ ਕੰਮ ਚੱਲਦਾ। ਮੈਗੀ ਦੇ ਪੈਕਟ ਖੋਲ ਪਹਿਲੀ ਨਾ ਬੈਠ, ਚੱਲ ਕੰਮ ਕਰ ਬਣਾ ਕੇ ਖਾ ਕੇ ਫਿਰ ਅਸੀਂ ਸੋ ਜਾਣਾ। ਦੇਖਿਆ ਕਰਦੀ ਕਦ ਕਦ ਪੈ ਗਈ ਆ ਸਾਡੇ ਬੀਬੀ
ਯੂਟ ਮੈਗੀ ਮਿਲਣੀ ਨਹੀਂ ਪਰ ਤੇਰੇ ਬੰਦ ਹੈ, ਤੇਰੇ ਬੰਦ ਹੈ, ਰੋਟੀ ਖਾਈ ਵੀ ਨਾ ਟੋਰ ਨਾ ਸੋ ਜਾਵਾਂ ਚੁੱਪ ਕਰਕੇ। ਪਰ ਤੈਨੂੰ 1000 ਦਿੱਤਾ ਹੁਣ ਰੋਲਾ ਨਾ ਪਾਈ ਹੁਣ, ਮਨੇ ਨੂੰ 200 ਦੇ ਦਿੰਦੇ, ਮਨੇ ਨੂੰ 200 ਦੇ ਦਈਏ ਚੱਕ ਮਨੇ ਲੈ ਦਾਦੀ ਵੱਲੋਂ ਆਈ ਮਾਇਆ। ਧੰਨਵਾਦ ਦਾਦੀ, ਪੈਸੇ ਦੇ ਜਾਈ ਬਸ, ਰਾਜੀ ਰਹਿ ਮਰੀ ਨਾ ਜੇ ਜਦ ਤੱਕ ਮੈਂ ਕੋਈ ਰੁਜ਼ਗਾਰ ਨਹੀਂ ਕਰ ਮਨ ਲੱਗਦੀ ਖੀਰਾ ਲੈਣਾ, ਖੀਰੇ ਨੂੰ ਇਹ ਬੈਠਾ ਮੈਨੂੰ ਪਤਾ, ਲੈ 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 ਉਹ ਦੇਖ ਬੇਬੇ ਦਾ ਸਲਾਹ ਦੇ ਤਾਡੀ ਦਾ ਇਹਨੇ ਬਈ ਇਹਨੇ ਬਈ ਮੇਰੇ ਵਾਂਗ ਉਹ ਕਰਾਣੀ ਖੰਜੂਰੀ ਗੁੱਤ ਕਰਾਣੀ ਕਹਿੰਦਾ ਦੱਸ ਮੁੰਡਾ ਭਲਾ ਚੰਗਾ ਤੂੰ ਕੁੜੀ ਬਣਨੇ ਨੂੰ ਫਿਰਦਾ ਹੈ। ਦੋ ਚੁੰਡੀਆਂ ਕਰਨੀਆਂ ਸਕੂਲ ਜਾਣਾ ਤੇ ਕੱਲ ਨੂੰ ਇੱਤ ਚੁੰਡੀ ਕਰਨੀ ਆ ਦੇਖੋ ਪੈਸੇ ਲੈਣੇ ਲੈ ਸਮਾਂ ਲੈ ਦੇ ਇਹ ਹੈ ਮੇਰਾ ਅੱਜ ਦਾ ਲੁੱਕ। ਇਹ ਲੁੱਕ ਕਾਹਦੇ ਲਈ ਆ, ਫਰੈਂਡਸ ਦੀ ਪਾਰਟੀ ਰਹਿ ਗਈ ਸੀ ਜੋ ਆਪਾਂ ਅੱਜ ਕਰਨ ਚੱਲੇ ਹਾਂ, ਆਪਾਂ ਚੱਲੇ ਹਾਂ ਅਮਾਇਆ ਸਿਟੀ, ਖਾਂਦੇ ਪੀਂਦੇ ਹਾਂ ਐਸ਼ ਕਰਦੇ ਹਾਂ ਅਤੇ ਗੱਲਾਂ ਬਾਤਾਂ ਕਰਦੇ ਹਾਂ। ਪੂਰਾ ਹੋ ਗਿਆ ਪਿੰਕੀ ਦਾ ਸੋਨੇ ਦੀ ਕਿੱਥੇ ਲਿਫਟ ਮਚਾਇਆ ਜਾਂਦੀ ਹੈ ਮੇਰੇ ਅਨਮੋਲ ਰਤਨ ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਡੀਅਰ ਬਨ।
ਸਵਰ ਦੇ ਮੰਤਰੀ ਸਾਹਿਬ ਖਾਓ ਖਿਲਾਓ ਇਹ ਵਲੋਗ ਨਹੀਂ ਬਣਾਉਣਾ ਇਹ ਰਵਨੀ ਚੰਦਰੀ ਜੀ ਤੇਰਾ ਬਰਥਡੇ ਥੋੜੀ ਹੱਥ ਮੱਥੇ ਤੇ ਲਵਾਓ ਫੋਟੋ ਤੋਂ ਖਿਚਾ ਲੈ ਆਪਣੇ ਜੋਗੀ ਲਿਆ ਮੈਨੂੰ ਪਤਾ ਤਾਂ ਕੋਈ ਨੀ ਖਾ ਲੈ ਲੈ ਆਈ ਹੈ ਹੁਣ ਖਾਣਾ ਤਾਂ ਪੈਣਾ ਹੀ ਹੈ ਇਹਦੀ ਆਪਣੇ ਜੋਗੀ ਲਿਆ ਨਾ ਮੇਰੇ ਕੰਨੀ ਤੇ ਨਾਮ ਮਿਲੂਗਾ ਇੱਕ ਚਮਚਾ ਚੱਲ ਇੱਕ ਛੇ ਕੱਪ ਖਾ ਤੂੰ ਬਿੱਲੀ ਤੂੰ ਸਾਰੇ ਤਾਂ ਉਹ ਹੋਏ ਨੇ ਹੈਗਾ ਰਮਣੀ ਮੈਂ ਦਿਮਾਗ ਇਹਦਾ ਹੈਗਾ ਹੀ ਹੈ ਹੋਰ ਮੈਂ ਦਿਮਾਗ ਲੈ ਸੇ ਤੁਰੀ ਫਿਰਦੀ ਤਾਂ ਹੀ ਤਾਂ ਡਾਕਟਰ ਬਣਨ ਲੱਗੀ ਹੈ ਕਿੱਥੇ ਲਾਇਆ ਤੂੰ ਕੰਮੀ ਹਰ ਬਸ ਜਸ ਦਾ ਧਿਆਨ ਰੱਖਣਾ ਹੋਰ ਰੱਖੀ ਨਾ ਰੱਖੀ ਹਾਂ ਇਹ ਮਰੀਜ਼ ਦੋ ਕੋਈ ਵੀ ਜਿੱਤੇ ਤੁਹਾਨੂੰ ਕੁਛ ਵੀ ਟੱਚ ਨਹੀਂ ਕਰਨ ਦੇ ਰਹੀ ਹੈ ਵੀ ਬਈ ਕਹਿੰਦੀ ਫੋਟੋ ਖਿੱਚ ਕੇ ਬਣੀ ਹਾਂ ਆਪ ਲੱਗੀ ਵੀ ਹੈ ਰਾਸਣ ਦੇਣ ਮਤਲਬ ਸਮਝੋ ਤੁਹਾਡੇ ਵਾਸਤੇ ਸਾਰਾ ਕੁਛ ਸੁੱਚਾ ਹੀ ਦੇ ਗਿਆ ਸਾਰੇ ਬੱਚਿਆਂ ਖੁੱਚਿਆ ਮਾਂ ਲੈ ਕੇ ਮੈਂ ਵੀ ਪਾਸ ਤਾਂ ਲਿਆ ਤੁਹਾਡੇ ਜੋਗਾ ਬਸ ਇਹ ਟੀ ਸਟੀਮ ਖਾ ਕੇ ਬੇਬੀ ਬਦਨਾ ਦੇਖ ਕਿੰਨੇ ਸੋਹਣ ਲੱਗਦੇ ਆ ਬਹੁਤ ਸੋਹਣ ਲੱਗਦੇ ਆ ਮੇਰੀ ਦਾਦੀ ਮੈਨੂੰ ਕਹਿੰਦੀ ਵੀ ਜਿੱਦਣ ਬੀਬੀ ਮਰੂੰਗੀ ਹੈ ਇਹੀ ਜਿਹੀ ਗੱਲਾਂ ਕਰਦੀ ਕਿਤਾ ਇਹ ਗੱਲਾਂ ਕਰਦੀ ਮੇਰੀ ਬੂਆ ਫੁੱਫੜ ਆਏ ਜਿੱਦਣ ਜ਼ਿਆਦਾ ਢਿੱਲੀ ਹੋ ਗਈ ਉਹਨਾਂ ਕਹਿੰਦੀ ਮੈਨੂੰ ਮਿਲ ਜਾਓ ਘੱਟੇ ਤਾਂ ਸੈੱਲੇ ਤੇ ਸੈੱਲ ਘੱਟ ਗਏ ਤੇ ਖਰ ਆਪਣਾ ਹੁਕ ਹੋ ਗਿਆ ਤਾਂ ਕਿਆ ਕਹਿੰਦੇ ਉਹਨੂੰ ਖੂਨ 7 ਗ੍ਰਾਮ ਰਹਿ ਗਿਆ ਤਾਂ ਇੱਕ ਦੋ ਹੋਰ ਪ੍ਰੋਬਲਮ ਹੋ ਗਈ ਸੀ ਹੈ ਨਾ ਜਿਹਦੇ ਕਰਕੇ ਦਾਦੀ ਹੋ ਗਈ ਸਾਡੀ ਢਿੱਲੀ ਮੇਰੇ ਬਰਥਡੇ ਵਾਲੇ ਦਿਨ ਨਹੀਂ ਆਈ ਬਰਥਡੇ ਦੇ ਅਗਲੇ ਦਿਨ ਛੁੱਟੀ ਹੋ ਗਈ ਦਾਦੀ ਨੂੰ 3 ਤਰੀਕ ਨੂੰ ਨਹੀਂ ਹੋਈ 4 ਨੂੰ ਮੇਰਾ ਦੁਖੀ ਹੀਰ ਦਾ ਬਹੁਤ ਰੋਇਆ ਮੈਂ ਕਿਹਾ ਅੰਦਰੋਂ ਅੰਦਰ ਹੀ ਮੈਂ ਕਿਹਾ ਵੀ ਦਾਦੀ ਤਾਂ ਉੱਥੇ ਆ ਮਨ ਝਾੜੀ ਲੱਗਿਆ ਮਤਲਬ ਕਿ ਇੱਕ ਤਾਂ ਹੁੰਦੀ ਬਰਥਡੇ ਦੀ ਐਕਸਾਈਟਮੈਂਟ ਵੀ ਤੀ ਐਕਸਾਈਟਮੈਂਟ ਵੀ ਨਹੀਂ ਤੀ ਹੈਗੀ ਤਾਂ ਚਲੋ ਫਿਰ ਵੀ
ਜਿਨ੍ਹਾਂ ਨੇ ਪਿਆਰ ਦਿਆ, ਸਾਰਿਆਂ ਦੀ ਬਲੈਸਿੰਗਸ ਮੇਰੇ ਨਾਲ ਰਹੀਆਂ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਤਾਂ ਦਾਦੀ ਮੇਰੀ ਕਹਿੰਦੀ ਵੀ ਜਿੱਦਣ ਮੈਂ ਮਰੂੰਗੀ ਨਾ, ਵੀ ਮੇਰੇ ਫੁੱਫੜ ਨੂੰ ਕਹਿੰਦੀ ਵੀ ਇਹਨੂੰ ਰੋਕ ਕੇ ਆਉਣਾ, ਵੀ ਇਹਨੇ ਮੈਨੂੰ ਆਪਣੇ ਮੁੰਡੇ ਪਰ ਚੱਕਣਾ। ਮੈਂ ਆਪਣੀ ਦਾਦੀ ਨੂੰ ਕਹਿੰਦੀ ਹੁੰਦੀ ਵੀ ਮੈਂ ਤੇਰਾ ਪੁੱਤ, ਤੇਰਾ ਪੋਤਾ, ਹੈ ਨਾ, ਸਾਰਾ ਕੁਛ ਹੈ ਪੋਤੀ, ਵੀ ਮੈਂ ਜਦ ਵੀ ਤੈਨੂੰ ਚੱਕੂੰਗੀ ਵੀ ਮੈਨੂੰ ਰੋਕ ਕੇ ਆਉਣਾ। ਹੁਣ ਤੁਸੀਂ ਸਾਰੇ ਦੱਸੋ ਵੀ ਮੇਰੀ ਥਿੰਕਿੰਗ ਜਿਹੜੀ ਸਹੀ ਹੈ। ਵੈਸੇ ਮੇਰੀ ਦਾਦੀ ਕਹਿੰਦੀ ਹੈ ਇਹ ਗੱਲ, ਮੈਂ ਤਾਂ ਨਹੀਂ ਕਹਿੰਦੀ, ਮੈਂ ਵੈਸੇ ਕਿਹਾ ਤਾ ਵੀ ਕੁੜੀਆਂ ਚੱਕ ਸਕਦੀਆਂ ਕਿ ਨਹੀਂ, ਮੈਂ ਤਾਂ ਪੁੱਛਿਆ ਤਾ ਸੀ। ਮੈਂ ਆਪਣੀ ਦਾਦੀ ਨੂੰ ਕਿਹਾ ਪਰ ਮੈਨੂੰ ਡਰਾ ਹੀ ਰਹਾ ਬਾਅਦ 'ਚ।